मान मतिए निमान मतिए मान मतिए रूप क्या बात गुमान परिए अच के लिए छल छबे लिए ने आशिक पार फकीर ते नाग काले हो बाज मंत्रों मूल ना के लिए हारिए रंगे रंगे लिए तेरे पलंग दा रंग ना रूप कटिया ना कर शोदिया वांग बखिलिए ने असी तुसानू वे सुशात निकार तू जिबा करिए हो बोल नाल जुबान रसी लेने क्या बात है जी क्या बात है बहुत अच्छा मखसूस अंदाज दे ਕਲਾਮ ਵਰਕਸ਼ਾਪ ਪੇਸ਼ ਕਰ ਰਹੇ ਸਨ ਤੇ ਬਹੁਤ ਪਿਆਰਾ ਕਲਾਮ ਪੇਸ਼ ਕਰ ਰਹੇ ਸਨ ਤੇ ਵਾਰਸ ਦੇਸ ਪੰਜਾਬ ਦਾ ਵਨ ਵਾਰਸ ਗੱਲਾਂ ਡੂੰਘੀਆਂ ਦੀ ਦੱਸ ਪਾ ਗਿਆ
ਬਾਰਸ ਦੇਸ਼ ਪੰਜਾਬ ਦਾ ਪੰਜ ਬਾਰਸ ਗੱਲਾਂ ਡੂੰਘੀਆਂ ਦੀ ਦੱਸ ਪਾ ਗਿਆ ਹੈ। ਦੇ ਕੇ ਬੰਜਲੀ ਰਾਂਝੇ ਨੂੰ ਇਸ਼ਕ ਵਾਲੀ ਖੰਡ ਵਿੱਚ ਚਨਾਰ ਲਾ ਗਿਆ, ਨਾ ਦੇ ਕੇ ਹੀਰ ਤੇ ਰਾਂਝੇ ਦਾ ਰੂਪ ਬੁੱਧ ਦੀ ਗੱਲ ਸਮਝਾ ਗਿਆ ਹੈ। ਮਾਂ ਬੋਲੀ ਦਾ ਬਣ ਕੇ ਉਹ ਵਾਰਸ ਜੰਨਤ ਜਗ ਦੇ ਉੱਤੇ ਕਮਾ ਗਿਆ ਹੈ। ਰੱਬਾ ਸਦਾ ਜੰਡਿਆਲੇ ਨੂੰ ਕਾਇਮ ਰੱਖੀ ਜਿੱਥੇ ਪੀਰ ਵਾਰਸ ਤੇਰਾ ਲਾ ਗਿਆ। ਕਿਆ ਬਾਤ ਹੈ, ਕਿਆ ਬਾਤ! ਉਸ ਵਾਰਸ਼ਾਂ ਦਾ ਕਲਾਮ ਲਈ ਮੈਂ ਜਨਾਬ ਸਾਡੇ ਬਹੁਤ ਪਿਆਰੇ ਪੀਰੋ ਮੁਰਸ਼ਦ ਸਾਈਂ ਅਸਗਰ ਮਰਦੇ ਕਲੰਦਰ, ਉਹਨਾਂ ਦੇ ਸ਼ਾਗਿਰਦ ਰਸ਼ੀਦ ਸਾਈਂ ਅਨੈਦ ਸਾਹਿਬ ਨਗਰ ਤੋਂ ਆਏ ਨੇ ਤੇ ਇਸ ਮੁਕਾਬਲੇ ਦੇ ਲਿਸਟ ਦੇ ਵਿੱਚ ਪੜਨਗੇ ਜਨਾਬ ਸਾਈਂ ਅਨੈਦ ਸਾਹਿਬ ਨਗਰ। ਬਿਸਮਿਲ੍ਲਾ ਜੀ ਸਾਈਂ ਜੀ। ਚਿਹਤੇ ਸਦੀ ਚੜ੍ਹਦੇ ਤੇ ਕਿਹਾ ਕਿਸੇ ਨਾ ਮੰਨਦੇ ਮੂਲ ਮੀਆਂ ਇਸ ਮਰਨ ਤੇ ਲੱਗ ਹੈ ਬਨ ਲਿਆ ਹੋ ਸੂਲੀ ਸਾਰ ਫਰਹਾਦ ਕਬੂਲ ਮੀਆਂ ਰੋਡਾ ਵੱਢ ਕੇ ਟਕਰੇ ਰੋਡ ਦਿੱਤਾ ਇਸ ਇਸ਼ਕ ਦਾ ਏਡਾ ਕਮੂਲ ਮੀਆਂ ਵਾਰਸ ਸ਼ਾਹ ਜੇ ਜਾਨ ਗਵਾਵਣੀਆਂ ਤੇ ਕਰੀ ਇਸ਼ਕ ਦਾ ਹਰਫ ਕਬੂਲ ਮੀਆਂ ਕਿਆ ਬਾਤ ਹੈ ਵਾਰਸ ਸ਼ਾਹ ਵਾਰਸ ਸ਼ਾਹ ਜੇ ਜਾਨ ਗਵਾਵਣੀਆਂ ਤੇ ਕਰੀ ਇਸ਼ਕ ਦਾ ਹਰਫ ਕਬੂਲ ਮੀਆਂ ਵਾਹ 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 ਖੈਰ ਹੋਵੇ
ਔਰ ਨਹੀਂ ਬਾਬਾ ਮੁਕਾਬਲਾ ਹੋ ਰਿਹਾ ਇੱਥੇ ਜਜ਼ਬਾਤ ਜਜ਼ਬਾਤ ਨਾਲ ਨਹੀਂ ਆਉਣਾ ਜਜ਼ਬਾਤ ਨਾਲ ਨਹੀਂ ਔਰ ਖੈਰ ਹੋਵੇ ਖੈਰ ਹੋਵੇ ਤੁਹਾਡੀ ਮਿਹਰਬਾਨੀ ਨਹੀਂ ਨਹੀਂ ਬਹਿ ਕੇ ਬਹਿ ਉਹ ਨਹੀਂ ਨਹੀਂ ਇੱਥੇ ਚਲੋ ਠੀਕ ਹੈ ਅਕੀਦਤ ਹੈ ਉਹ ਭਾਈ ਹੋਰ ਨਹੀਂ ਕੋਈ ਸਮਝਣਾ ਅਸੀਂ ਤਾਂ ਵੈਸੇ ਇੱਜ਼ਤ ਕਰਨ ਡਏ ਹਾਂ ਉਹ ਭਾਈ ਹਾਂਜੀ ਇਹਦੀ ਮੁਹੱਬਤ ਹੈ ਲੋ ਦੋਸਤੋ ਪਤਾ ਕੀ ਇਹ ਸਾਰੇ ਮਹਿਕਮੇ ਨਾ ਮੈਨੂੰ ਵੇਖਣ ਡਏ ਨੇ ਇਸ ਵਾਸਤੇ ਮੈਂ ਦੋ ਚੋਂ ਦਾ ਤੇ ਨਾਂ ਲੈ ਲਿਆ ਹੁਣ ਮੈਂ ਤਿੰਨਾਂ ਚੋਂ ਦਾ ਇਕੱਠਾ ਲੈਣਾ ਤੇ ਤੁਸੀਂ ਤਾੜੀ ਮਾਰ ਦੇਣੀ ਹੈ ਲੋ ਜੀ 1122 ਦੇ ਨਾਂ ਦੀਆਂ ਮਹਿਕਮਾ ਸਿਵਲ ਡਿਫੈਂਸ ਦੇ ਨਾਂ ਦੀਆਂ ਤੇ ਮਹਿਕਮਾ ਸਿਹਤ ਦੇ ਨਾਂ ਦੀਆਂ ਤਾੜੀਆਂ ਤੁਹਾਡੀ ਖੈਰ ਹੋਈ ਜੀ ਸ਼ਾਕਰ ਸਾਹਿਬ ਅਰਫਾਨ ਅੰਸਾਰੀ ਸਾਹਿਬ ਕਿਸੇ ਤਰਫ ਦੇ ਮੁਤਾਬਿਕ ਜੀ ਕਿਉਂਕਿ ਵਾਰ ਵਾਰ ਉਹ ਤੁਹਾਨੂੰ ਤਰਜਮਾਨੀ ਤੌਰ 'ਤੇ ਬਾਦਸ਼ਾਹ ਕਿਉਂਕਿ ਬਾਦਸ਼ਾਹ ਸਰਕਾਰ ਨੇ ਲਿਖਿਆ ਬਾਦਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਿਸ਼ਮੰਦ ਨੂੰ ਬਹੁਤ ਜ਼ਰੂਰੀ ਆਵੇ ਅਸੀਂ ਦਾਨੇ ਬਣਾਂਗੇ ਅਤੇ ਤਾਂ ਬਾਦਸ਼ਾਹ ਨੂੰ ਸਮਝਾਂਗੇ ਕਿਉਂਕਿ ਬਾਦਸ਼ਾਹ ਸਰਕਾਰ ਨੇ ਹਰ ਗੱਲ 'ਤੇ ਇੱਕ ਬੜੀ ਵੱਡੀ ਗੱਲ ਕੀਤੀ ਕਿ ਬਾਦਸ਼ਾਹ ਇਹ ਕੁਰਾਨ ਮਜੀਦ ਦੇ ਮਾਣੀ ਨੇ ਜਿਹੜੇ ਕੌਲ ਵੀ ਹੈ ਬਾਦਸ਼ਾਹ ਦੇ ਅਤੇ ਜਿਹੜਾ ਬਾਦਸ਼ਾਹ ਦਾ ਕਲਾਮ ਗਲਤ ਪੜੇਗਾ ਕਿਉਂਕਿ ਕੁਰਾਨ ਜਿੱਥੋਂ ਵੀ ਖੋਲੀਏ ਨਾ ਉੱਥੇ ਹਦਾਇਤ ਹੈ ਅਤੇ ਜਿਹੜਾ ਕੁਰਾਨ ਦਾ ਨੂੰ ਗਲਤ ਪੜੇਗਾ ਉਹਨੇ ਫਿਰ ਗੁਨਾਹ 'ਚ ਹੋਣਾ ਹੈ ਨਾ ਇਸ ਵਾਸਤੇ ਇਹ ਕੁਰਾਨ ਮਜੀਦ ਦੇ ਮਾਣੀ ਨੇ ਜਿਹੜੇ ਕੌਲ ਵੀ ਹੈ ਬਾਦਸ਼ਾਹ ਦੇ ਨੇ ਅਤੇ ਬੋਲੇ ਜਦੋਂ ਵੀ ਹੀਰ ਦੇ ਬੋਲ ਕੋਈ ਲੱਗੇ ਆਪ ਹੀ ਜਿਵੇਂ ਕਿ ਹੀਰ ਬੋਲੇ ਬੋਲੇ ਜਦੋਂ ਵੀ ਹੀਰ ਦੇ ਬੋਲ ਕੋਈ ਲੱਗੇ ਆਪ ਹੀ ਜਿਵੇਂ ਵੀ ਹੀਰ ਬੋਲੇ ਪੀਰ ਚਾਂਗਲਾ ਮਾਰ ਕੇ ਜਾਗ ਪੈਂਦੀ ਜਿਵੇਂ ਚੜੇ ਚਨਾ ਦਾ ਨੀਰ ਬੋਲਦਾ ਜਿਵੇਂ ਕੀ ਨਾ ਹੈ ਭਲਾ ਬੁਖਾਰੀਆ ਉਹ ਬੋਲੀ ਜਿਹੜੀ ਦਰਵੇਸ਼ ਫਕੀਰ ਬੋਲੇ ਉਹਦਾ ਨਾਂ ਪੰਜਾਬੀ ਵਿੱਚ ਸੰਦਰ ਬਾਦਸ਼ਾਹ ਦਾ ਖੂਨ ਹਬੀਰ ਬੋਲੇ ਮੈਂ ਸ਼ਾਕਰ ਸਾਹਿਬ ਤੁਸਾਂ ਬੜੀ ਵੱਡੀ ਗੱਲ ਕੀਤੀ ਹੈ ਕਿ ਦਾਨਿਸ਼ਮੰਦ ਨੂੰ ਗੌਰ ਜ਼ਰੂਰ ਯਾਰੋ ਨਾਲ ਤੁਸਾਂ ਇਹ ਵੀ ਐਡੀ ਵੱਡੀ ਗੱਲ ਕੀਤੀ ਹੈ ਕਿ ਇਹ ਮਾਣੇ ਕੁਰਾਨ ਮਜੀਦ ਦੇ ਨੇ ਜਿਹੜੇ ਕੌਲ ਮੀਏ ਵਾਰਸ ਸ਼ਾਹ ਦੇ ਨੇ ਅਤੇ ਜੇ ਦਲੀਲ ਨਾ ਹੋਵੇ ਤਾਂ ਲੋਕ ਮੈਨੂੰ ਤੁਹਾਡੇ ਨਾਲ ਵੇਖੋ ਸੋਹਣੀ ਮੌਜੂ ਤੁਸੀਂ ਦੇਣ ਡਏ ਹੋ ਮੈਨੂੰ ਸ਼ਾਕਰ ਸਾਹਿਬ ਦੇ ਨਾਂ ਦੀਆਂ ਵੀ ਹਰ ਤਾੜੀਆਂ ਜਿਹੜੇ ਕੁਰਾਨ ਪੜ੍ਹਦੇ ਹੋ ਤੀਆਂ ਸਪਾਰਾ ਸੂਰਾ ਬਲਦ ਤੀਆਂ ਸਪਾਰਾ ਸੂਰਾ ਬਲਦ ਲਾ ਉਕਸਿਮੁ ਬਿਹਾਜ਼ਲ ਬਲਦ ਅੱਲਾ ਕੁਰਾਨ 'ਚ ਫਰਮਾਉਂਦੇ ਨੇ ਮੈਨੂੰ ਉਸ ਸ਼ਹਿਰ ਦੀ ਕਸਮ ਸੋਹਣਿਆ ਮਹਿਬੂਬਾ ਜਿਹੜੇ ਸ਼ਹਿਰ 'ਚ ਤੇਰੀ ਜ਼ਾਤ ਰਹਿੰਦੀ ਹੈ ਅੱਲਾ ਫਰਮਾਇਆ ਮੈਨੇ ਇਨਸਾਨ ਕੋ ਮੁਸ਼ਕਤ ਮੇਂ ਰਹਿਤਾ ਪੈਦਾ ਕੀਆ ਫਿਰ ਫਰਮਾਉਂਦੇ ਨੇ ਜਬ ਤੂੰ ਖਰਚ ਕਰਤਾ ਹੈ ਤੋ ਕਹਿਤਾ ਹੈ ਮੈਨੇ ਯੇ ਕਰ ਦੀਆ ਵੋ ਕਰ ਦੀਆ ਅੱਲਾ ਫਰਮਾਉਂਦੇ ਨੇ ਅਰੇ ਤੁਝੇ ਆਂਖੇ ਕਿਸਨੇ ਦੀ ਹੈ ਤੁਝੇ ਯੇ ਜ਼ੁਬਾਨ ਕਿਸਨੇ ਦੀ ਹੈ ਫਿਰ ਅੱਲਾ ਫਰਮਾਇਆ ਸੂਰਾ ਬਲਦ 'ਚ ਅੱਲਾ ਫਰਮਾਇਆ ਉਹ ਤੂੰ ਉਸ ਘਾਟੀ 'ਚ ਕਿਉਂ ਨਹੀਂ ਕੁੱਦਦਾ ਜਿੱਥੇ ਬੁੱਲੇ ਨੇ ਕਿਹਾ ਜੋਗੀ ਉੱਤਰ ਪਹਾੜੋਂ ਆਇਆ ਅੱਲਾ ਕਿਹਾ ਤੈਨੂੰ ਕੀ ਪਤਾ ਉਹ ਘਾਟੀ ਕਿਹੜੀ ਹੈ ਉਹ ਘਾਟੀ ਅੱਲਾ ਫਰਮਾਉਂਦੇ ਨੇ ਪਤਾ ਕਿਹੜੀ ਹੈ ਜਿਹਦੇ 'ਚ ਮਸਕੀਨਾਂ ਨੂੰ ਪਿਆਰ ਕੀਤਾ ਜਾਂਦਾ ਹੈ ਯਤੀਮਾਂ ਦੇ ਸਿਰ 'ਤੇ ਹੱਥ ਰੱਖਿਆ ਜਾਂਦਾ ਹੈ ਉਹ ਭੁੱਖੇ ਨੂੰ ਰੋਟੀ ਖਵਾਈ ਜਾਂਦੀ ਹੈ ਅਤੇ ਖਾਕ ਨਸ਼ੀਨ ਦਰਵੇਸ਼ ਦੀ ਇੱਜ਼ਤ ਕੀਤੀ ਜਾਂਦੀ ਹੈ ਲੈ ਸਵੇਰੇ ਕੁਰਾਨ ਪੜ੍ਹੀ ਅਤੇ ਸੂਰਾ ਬਲਦ ਦਾ ਪੜ੍ਹੀ ਤਰਜਮਾ ਅਤੇ ਮੇਰੇ ਪੀਰ ਵਾਰਿਸ਼ਾ ਪਤਾ ਕੀ ਫਰਮਾਉਂਦੇ ਨੇ ਉਹ ਕਿਸੇ ਜੋਗੀ ਤੋਂ ਸਿੱਖੀਏ ਸਹਿਰ ਕੋਈ ਅਤੇ ਚੇਲੇ ਹੋ ਕੇ ਕੰਨ ਪੜਵਾ ਲਈਏ ਇਹ ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਸਵਾਦ ਵਿੱਚ ਲਾ ਦੇਈਏ
ਔਰ ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਸਵਾਹ ਦੇ ਵਿੱਚ ਲਾ ਲਈਏ ਤੇ ਕਹਿੰਦੇ ਨੇ ਗੌਰ ਕਰੀਏ ਮੁਸਾਫਰਾਂ ਆਜਜ਼ਾਂ ਦੀ। ਉਹ ਮੇਰੇ ਸੱਜਣੋ ਇਹ ਮੁਰਸ਼ਦ ਦਾ ਕਰਮ ਹੈ, ਮੇਰੇ ਪੀਰ ਦਾ ਕਰਮ ਹੈ। ਇੱਕ ਇੱਕ ਲੈਣ ਸੈਯਦ ਵਾਰਿਸ ਸ਼ਾਹ ਨੇ ਕੁਰਾਨ ਦਾ ਤਰਜਮਾ ਕੀਤਾ। ਇੱਕ ਬੰਦਾ ਮੈਨੂੰ ਪੁੱਛਦਾ ਹੈ ਉਹ ਕਵਾਲੀ ਕਿੱਥੇ ਲਿਖੀ ਕੁਰਾਨ 'ਚ, ਤੁਸੀਂ ਕਹਿੰਦੇ ਕੌਲ ਤੋਂ ਕਵਾਲੀ ਹੈ। ਤੇ ਮੈਂ ਕਿਹਾ ਪੀਰ ਜੀ ਤੁਸੀਂ ਪੜਿਆ ਨਹੀਂ, ਸਲਾਮ ਉਨ ਕੌਲ ਮਿਰ ਰੱਬੇ ਰਹੀ ਨਾਰਾਏ ਹਾਦਰੀ। ਉਹ ਤੇਰੇ ਸਦਕੇ ਜਾਵਾਂ ਅੱਜ ਹੀਰ ਪੜੀ ਚਣੀਏ ਕੁਰਾਨ ਤੇ ਹਦੀਸ ਦਾ ਹਵਾਲਾ ਦੇ ਕੇ ਤੇ ਤਵੱਜੋ ਕਰਕੇ ਬਵੀ ਹੀਰ ਦੇ ਇਸ਼ਕ ਵਿੱਚ ਆਇਆ, ਮੇਰੇ ਵਾਰਸ ਦੇ ਇਸ਼ਕ ਵਿੱਚ ਆਇਆ। ਤੇ ਸਿਰਫ ਇੰਨਾ ਜੇ ਤੇਰੇ ਬੂਹੇ ਤੇ ਮੰਗਤਾ ਆਵੇ ਨਾ ਤੇ ਆਟਾ ਲਿਫ ਕੇ ਪਾਇਆ ਕਰ, ਉਹ ਜੇ ਮਸੀਤੇ ਜਾਵੇ ਨਾ ਤੇ ਲਿਫ ਕੇ ਜਾਇਆ ਕਰ, ਉਹ ਜੇ ਯਾਰਵੀਂ ਦਵਾਵੇ ਨਾ ਤੇ ਲਿਫ ਕੇ ਦਵਾਇਆ ਕਰ, ਉਹ ਜੇ ਮੇਲਾ ਲਵਾਵੇ ਨਾ ਤੇ ਲਿਫ ਕੇ ਲਵਾਇਆ ਕਰ। ਤਦ ਮੇਰੇ ਪੀਰ ਨੇ ਕਿਹਾ ਹੀ ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਸਵਾਹ ਦੇ ਵਿੱਚ ਰੁਲਾ ਲਈਏ ਤੇ ਜੋਗੀ ਸੋਈ ਜੋ ਖਾਕ ਦਰ ਖਾਕ ਹੋਵੇ। ਜੋਗੀ ਸੋਈ ਉਹ ਤੇਰੇ ਸਮਝਣ ਦੇ ਸਦਕੇ ਉਹ ਤੇਰੇ ਮਾਂ ਬਾਪ ਦੀ ਕਰਨ ਹੋਵੇ। ਜੋਗੀ ਸੋਈ ਜੋ ਖਾਕ ਦਰ ਖਾਕ ਹੋਵੇ। ਮੈਂ ਗੱਲਾਂ ਇਸ ਤੋਂ ਕਰ ਰਿਹਾ ਤੁਹਾਨੂੰ ਪਤਾ ਹੋਵੇ ਕਿ ਜੋਗੀ ਕਹਿੰਦੇ ਕਿਹਨੂੰ ਨੇ। ਮੈਂ ਇੱਕ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਬਾਬਾ ਜੀ ਤੁਸੀਂ PhD ਕੀਤੀ ਹੈ, ਨਰਸਰੀ ਦਾ ਬੱਚਾ ਕਿਵੇਂ ਪੜ੍ਹਾਓਗੇ? ਉਹਨੇ ਕਿਹਾ ਪੁੱਤਰੇ ਤੇ ਮੇਰੀ ਇੱਜ਼ਤ ਦੇ ਖਿਲਾਫ ਹੈ। ਮੈਂ ਕਿਹਾ ਫਿਰ ਤੂੰ ਕਾਹਦਾ ਪੜ੍ਹਿਆ ਲਿਖਿਆ ਹੈ? ਭਾਵੇਂ ਤੂੰ PhD ਹੈ ਨਾ, ਬੱਚੇ ਨੂੰ ਪੜ੍ਹਾਇਆ ਤੇ ਫਿਰ ਮੈਂ ਪੜ੍ਹਿਆ ਲਿਖਿਆ ਮੰਨਾਂ। ਜਿਹਨੂੰ ਸਮਝ ਲੱਗੀ ਹੈ ਉਹ ਤਾੜੀ ਮਾਰੇ। ਮੈਂ ਇੱਕ ਦਰਵੇਸ਼ ਤੋਂ ਪੁੱਛਿਆ ਮੈਂ ਕਿਹਾ ਬਾਬਾ ਜੀ ਇਹ PhD ਬੰਦਾ ਜੇ ਨਰਸਰੀ ਦੇ ਬੱਚੇ ਨੂੰ ਪੜ੍ਹਾਏ ਤੇ ਪੜ੍ਹਾਏ ਕਿੰਜ? ਕਹਿੰਦੇ ਨੇ ਪੁੱਤਰ ਉਹਨੂੰ ਬੱਚਾ ਬਣਨਾ ਪੈਣਾ। ਉਹਨੂੰ ਕੀ ਬਣਨਾ ਪੈਣਾ? ਆ ਤੈਨੂੰ ਇੱਕ ਦਰ ਦੱਸਾਂ ਜਿਹੜਾ ਮੇਰੇ ਪੀਰ ਨੇ ਕਿਹਾ। ਵਾਰਿਸ ਸ਼ਾਹ ਮੀਆਂ ਵੱਡਾ ਵੈਦ ਰਾਂਝਾ ਸਰਦਾਰ ਹੈ ਸਭ ਸਿਆਣਿਆਂ ਦਾ, ਉਹ ਨਬੀ ਪਾਕ ਹੋਏ ਛੇੜੂ ਉਮਤਾਂ ਦੇ ਰਾਂਝਣ ਬਾਜ ਨਾ ਮੰਜੀ ਚਰੀਕਾ ਜੀ। ਉਹ ਮੇਰੇ ਆਕਾ ਕੋਲ ਕੋਈ ਯਤੀਮ ਆਇਆ ਤੇ ਯਤੀਮ ਬਣ ਗਏ ਨੇ, ਉਹ ਮੇਰੇ ਆਕਾ ਕੋਲ ਕੋਈ ਮਸਕੀਨ ਆਇਆ ਤੇ ਮਸਕੀਨ ਬਣ ਗਏ ਨੇ। ਉਹ ਯਤੀਮ ਮੇਰੇ ਆਕਾ ਦੀ ਝੋਲੀ 'ਚ ਬਹਿ ਕੇ ਕਹਿੰਦੇ ਸਨ ਸੋਹਣਿਆ ਸਾਨੂੰ ਚੇਤਾ ਹੀ ਨਹੀਂ ਰਿਹਾ ਕਿ ਸਾਡਾ ਅੱਬਾ ਮਰ ਗਿਆ। ਨਾਰਾ ਰਿਸਾਲ। ਆ ਤੈਨੂੰ ਉਸ ਰਾਂਝੇ ਦੀ ਗੱਲ ਸੁਣਾਈਏ ਜੀ ਸ਼ਾਕਰ ਸਾਹਿਬ ਬਿਲਾ ਤਾਕੀਰ। ਮੈਂ ਇਹਨਾਂ ਤੋਂ ਬਾਅਦ ਇਮਰਾਨ ਰਿਆਸਤ ਲਾਹੌਰ ਤੋਂ ਤਸ਼ਰੀਫ ਲਿਆ ਲੈ ਇਮਰਾਨ ਰਿਆਸਤ, ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਜੋ ਕਲਾਮੇ ਵਾਰਸ਼ਾ ਪੇਸ਼ ਕਰਨਗੇ ਇਹ ਮੁਕਾਬਲੇ ਦੇ। ਇਮਰਾਨ ਰਿਆਸਤ ਹੈਲੋ ਭਾਈ ਜਾਨ ਯਾਰ, ਯਾਰ ਡਿਸਟਰਬ ਨਾ ਕਰੋ। ਵੇਖੋ ਇੱਕ ਗੱਲ ਕਰੀਏ, ਵਾਰਿਸ ਸ਼ਾਹ ਸਰਕਾਰ ਉਰਸ ਕਮੇਟੀ ਜਿਹੜੀ ਹੈ ਨਾ, ਵਾਰਿਸ ਸ਼ਾਹ ਸਰਕਾਰ ਉਰਸ ਕਮੇਟੀ ਬਾਬਾ ਯਕੂਬ, ਇਹ ਬਾਰ ਬਾਰ ਸਾਡੇ ਕੋਲ ਇਸ ਵਾਸਤੇ ਆ ਰਹੇ ਨੇ। ਇਹਨਾਂ ਦੀ ਇਹ ਦੁਆ ਹੈ, ਮੁਹੱਬਤ ਹੈ, ਪਿੱਛੇ ਸਾਡੇ ਕੰਡ ਤੇ ਥਾਪੜਾ ਲਾਉਣ ਆਉਣ ਰਹੇ ਨੇ ਬਾਰ ਬਾਰ। ਯਕੀਨ ਕਰੋ ਇਹ ਤਾਰੀਫ ਦੇ ਕਾਬਲ ਲੋਕ ਨੇ। ਤਦ ਇਹਨਾਂ ਦੀ ਅਸੀਂ ਇਹ ਕੋਈ ਇਹਨਾਂ ਨੂੰ ਫਾਰਮਲ ਕੋ ਗੁਫ਼ਤਗੂ ਨਹੀਂ ਕਰ ਰਹੇ ਅਸੀਂ, ਇਹਨਾਂ ਦਾ ਹੱਕ ਹੈ। ਵਾਰਿਸ ਸ਼ਾਹ ਸਰਕਾਰ ਦੀ ਜਿੰਨੀ ਵੀ ਉਰਸ ਕਮੇਟੀ ਹੈ ਸਭ ਦੇ ਸਭ ਵਾਸਤੇ ਤਾੜੀਆਂ। ਤੁਹਾਡੀ ਖੈਰ ਹੋ। ਛੱਡ ਕਲਬੋ ਤਜਾ ਵਿਦਾ ਹੋਇਆ
ਤਿਨੇ ਦਰਵੇਸ਼ ਸਦਾ ਪਾਣੀ ਹਜ਼ਾਰ ਦਾ ਕਸਮ ਕਰਕੇ ਕਸਤ ਚੰਗ ਸਿਆਲਾ ਦਾ ਤਾਰ ਆਈ ਚਲੀ ਹੈ ਜੀ ਪੁਕਾਰ ਆਈ ਕੱਛੇ ਬੰਜਰੀ ਮਾਰ ਜਾ ਵਿਦਾ ਹੋਇਆ ਹੋ ਵਰਸ ਦੇ ਸਤੇ ਬਦਨ ਅਵਸਾਰ ਆਏ ਬਹੁਤ ਅੱਛੇ ਵਾਹ ਜੀ ਵਾਹ ਵਾਹ ਜੀ ਵਾਹ ਇਮਰਾਨ ਰਿਆਸਤ ਸਾਹਿਬ ਨੇ ਬਹੁਤ ਅੱਛਾ ਇਸ਼ਕ ਦੇ ਨਾਲ ਕਲਾਮੇ ਵਾਰਸ਼ਾ ਪੇਸ਼ ਕੀਤਾ ਇਹਨਾਂ ਤੋਂ ਬਾਅਦ ਮੈਂ ਦਾਵਤ ਦਿਆਂਗਾ ਅਖਤਰ ਹੁਸੈਨ ਬਰਫਾਲ ਚੱਠਾ ਅਖਤਰ ਬਰਫਾਲ ਚੱਠਾ ਜੀ ਬਿਸਮਿਲਾ ਇਹ ਵਰਪਾਲ ਚੱਠਾ ਪਤਾ ਕਿੱਥੇ ਬੂੜੇ ਕੀ ਉੱਥੋਂ ਥੋੜ੍ਹਾ ਆ ਜਾ ਅੱਗੇ ਵਾਹ ਜੀ ਵਾਹ ਹਾਂਜੀ 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 ਮੇਰੇ ਕੋਲ ਨਕਸ਼ਾ ਹੈ ਮੈਨੂੰ ਵੀ 34 ਸਾਲ ਪੀਰ ਦਾ ਕਲਾਮ ਪੜ੍ਹਦੇ ਹੋ ਗਏ ਨੇ ਵਾਹ ਵਾਹ ਸੁਨਾਇਆਈ
ਗੱਲਾਂ ਹੌਲੀ ਬੈਠ ਕੇ ਕੋਲ ਸਮਝਾਇਆ ਖਾਤਰ ਜਮਾ ਕਰ ਅਸਾਂ ਆਈ ਕਰੀ ਜੋ ਰੱਬ ਫਰਮਾਇਆ ਬਹੁਤ ਸ਼ੁਕਰੀਆ। ਤਾੜੀਆਂ ਮਾਰ ਕੇ ਹੌਸਲਾ ਅਫਜ਼ਾਈ ਕਰਦਿਆ ਕਰੋ, ਵੇਖੋ ਕਿੱਡੀ ਦੂਰੋਂ ਮੇਰੇ ਪੀਰ ਦੇ ਦੀਵਾਨੇ ਆਏ ਨੇ। ਉਹ ਯਾਰ ਇਹ ਨਹੀਂ ਵੇਖਣਾ ਸੀ ਕੌਣ ਨੇ ਵੇਖਣਾ ਕਿ ਮੇਰੇ ਪੀਰ ਕੋਲ ਆਏ ਨੇ, ਤੁਸੀਂ ਵੀ ਆਇਓ। ਇਹਨਾਂ ਦੀ ਹੌਸਲਾ ਅਫਜ਼ਾਈ ਕਰੋਗੇ ਸਾਰਾ ਸਾਲ ਇਹਨਾਂ ਨੂੰ ਸਕੂਨ ਰਹੇਗਾ। ਮੈਂ ਸਾਡੇ ਮੁਲਕ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਇਸ ਲਈ ਨਾਂ ਬਿਲਾਲ ਹੈਦਰ, ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਉਹ ਪੰਡਾਲ ਦੇ ਵਿੱਚ ਹੈ ਤੇ ਅਸਟੇਜ ਤੇ ਤਸ਼ਰੀਫ ਲੈਣ। ਬਿਲਾਲ ਹੈਦਰ ਸੂਫੀ ਕਲਾਮ ਦਾ ਬਹੁਤ ਵੱਡਾ ਨਾਂ, ਬਿਲਾਲ ਇਸ਼ਾਰਤ ਨਹੀਂ ਲੱਭਦਾ ਬੋਲਦਾ ਲਾਉਣ ਤੇ ਕੋਈ ਨਹੀਂ ਯਾਰ ਕਰਾਂਗਾ ਉਹ ਤਸ਼ਰੀਫ ਲੈਣ ਬਿਲਾਲ ਹੈਦਰ। ਬਿਲਾਲ ਸਾਹਿਬ ਉਹ ਮੈਂ ਤੇਰੇ ਸਦਕੇ ਆ ਜਾਓ, ਬਿਸਮਿਲਲਾ। ਬਿਲਾਲ ਹੈਦਰ ਬੜਾ ਵੱਡਾ ਨਾਮ, ਬੜੀ ਵੱਡੀ ਦੁਨੀਆ। ਬਿਲਾਲ ਜੀ ਅਸੀਂ ਅੱਖੀਆਂ ਵਿੱਚ ਆਈ ਬੈਠੇ ਸਾਹਮਣੇ ਆਉਂਦੇ ਆ ਫਰੰਟ ਤੇ, ਬਹਿ ਜਾਓ ਤੁਸੀਂ, ਬਹਿ ਜਾਓ ਤੁਸੀਂ ਬਹਿ ਜਾਓ। ਮੈਂ ਤੁਹਾਨੂੰ ਟੈਨਸ਼ਨ ਨਹੀਂ, ਅਸਾਂ ਦੇਣੀ ਅਸਾਂ ਘਰ ਜੱਫੀ ਜੁੱਫੀ ਅਸੀਂ ਪਾਵਾਂਗੇ। ਇੱਥੇ ਬੜੇ ਬੜੇ ਤਾਜਦਾਰ ਆਏ ਨੇ। ਬਿਲਾਲ ਹੈਦਰ ਅਸੀਂ ਅੱਖੀਆਂ ਵਿੱਚ ਆਈ ਬੈਠੇ ਆ, ਮਿਹਰਬਾਨੀ ਆਓ ਜੀ ਆਓ, ਬਿਸਮਿਲਲਾ। ਅਸੀਂ ਅੱਖੀਆਂ ਵਿੱਚ ਆਈ ਬੈਠੇ ਆ, ਆਓ ਜੀ ਆਓ ਬਿਸਮਿਲਲਾ। ਅੱਜ ਭੁੱਲ ਕੇ ਹਰ ਇੱਕ ਦੁਖਲੇ ਨੂੰ ਕੋਈ ਸੁੱਖ ਦੀ ਸੁਣਾਓ, ਬਿਸਮਿਲਲਾ। ਛੇਤੀ ਕਰ ਭਾਈ, ਨੌਕਰ ਖਾਦਮ ਚੰਗਿਆਂ ਦੇ ਬੈਠਿਆਂ ਹਰ ਦਮ ਸੇਵਾ ਲਈ, ਇਹਨਾਂ ਦਰਦ ਮਨਾਨੀ ਮਹਿਫਲ ਵਿੱਚ ਸ਼ਫਕਤ ਫਰਮਾਓ, ਬਿਸਮਿਲਲਾ। ਇਹ ਮਹਿਫਲ ਤੁਹਾਡੀ ਆਪਣੀ ਹੈ ਤੇ ਮਹਿਫਲ ਦੀ ਉਹ ਜਾਨ ਤੁਸੀਂ, ਸ਼ਾਕਰ ਮਜਬੂਰ ਨਤਾਣੇ ਦਾ ਹੋ ਲੋਕਮਾਨ ਲੋ ਜੀ। ਬਾਬਾ ਜੀ ਇਹ ਬੱਚਾ ਮੁਰਸ਼ਦ ਦੇ ਪੱਠੇ ਪਾਉਂਦਾ ਸੀ ਤੇ ਮੁਰਸ਼ਦ ਦੀ ਸੇਵਾ ਕਰਦਾ ਸੀ, ਆਪ ਵੀ ਇਹਨੇ ਡੰਗਰ ਰੱਖੇ ਸਨ ਬੱਕਰੀਆਂ। ਬਿਸਮਿਲਲਾ ਬੈਠੋ, ਆਵਾਜ਼ ਇੱਥੇ ਨਾ ਲਿਖਾਓ ਆਪਣਾ। ਆਵਾਜ਼ 'ਚ ਦਰਦ ਸੀ, ਸੇਵਾ ਕਰਦਿਆਂ ਕਰਦਿਆਂ ਇਸ ਬਿਲਾਲ ਹੈਦਰ ਨੂੰ ਮੁਰਸ਼ਦ ਨੇ ਥਾਪੜਾ ਦਿੱਤਾ। ਯਕੀਨ ਕਰੋ ਪੜ੍ਹਿਆ ਲਿਖਿਆ ਜਿੰਨਾ ਵੀ ਕੋਈ ਹੋਵੇ ਨਾ, ਆਰਫ ਉਦੋਂ ਹੁੰਦਾ ਜਦੋਂ ਮੁਰਸ਼ਦ ਥਾਪੜਾ ਲਾਵੇ। ਉਹ ਉੱਚੀ ਬੋਲੋ ਨਾਰਾ ਹੈਦਰ। ਉਹ ਤੂੰ ਜਿੰਨਾ ਵੀ ਕੁਆਲੀਫਾਈਡ ਹੈ, ਜਦੋਂ ਤੈਨੂੰ ਤੱਕਣਾ ਨਾ ਸਾਈਨ ਹੈ। ਇੱਕ ਗੱਲ ਕਰਾਂ, ਵਾਰਸ ਸ਼ਾਹ
ਇਹ ਵਾਰਸ਼ਾ ਦੀ ਲੋੜ ਹੈ ਤਦ ਪਾਉਂਦੀ ਜਦੋਂ ਜਿਗਰ ਦਾ ਫੋੜਾ ਕੋਈ ਪੱਕ ਜਾਵੇ ਓਏ ਵਾਰਸ ਆਸ ਦੀਆਂ ਮੰਜ਼ਲਾਂ ਦੱਸਦਾ ਈ ਬੇਆਸ ਆਸ਼ਕ ਜਦੋਂ ਥੱਕ ਜਾਵੇ ਉਹ ਝੂਠੇ ਫਤਵੇ ਸੁਣ ਕੇ ਕਾਜ਼ੀਆਂ ਦੇ ਜਦੋਂ ਪ੍ਰੇਮ ਪੁਜਾਰੀ ਕੋਈ ਅੱਕ ਜਾਵੇ ਵਾਰਸ ਸ਼ਾਹ ਦੇ ਜੋਗ ਨੂੰ ਕੌਣ ਰੋਕੇ ਓਏ ਵਿਹੜੇ ਖੇੜਿਆਂ ਦੇ ਬੇਝੱਕ ਜਾਵੇ ਨਾਰਾਜ਼ੀ ਅੱਲਾ ਇਹਨੂੰ ਤੰਦਰੁਸਤੀ ਦੇ ਬਿਲਾਲ ਸਾਹਿਬ ਸਾਨੂੰ ਤੇ ਮੁਰਸ਼ਦਾਂ ਇਹ ਦੱਸਿਆ ਜਿਹਨੂੰ ਅੱਲਾ ਇੱਜ਼ਤ ਦੇਵੇ ਉਹਦਾ ਮੁਨਕਰ ਨਹੀਂ ਹੋਣਾ ਚਾਹੀਦਾ ਉੱਚੀ ਬੋਲੋ ਨਾਰਾ ਹੈਦਰੀ ਝੱਕ ਕੇ ਨਾ ਬੋਲਿਆ ਜੇ ਮੈਦਾਨ ਹੀ ਅਲੀ ਦਾ ਜੇ ਤੇ ਮੁਹੱਬਤ ਨਾਲ ਬੋਲਣਾ ਜੇ ਜਿੱਥੋਂ ਜਿੱਥੋਂ ਆਏ ਹੋ ਜ਼ਰਾ ਦੱਸੋ ਤੇ ਸਹੀ ਮੇਲੇ ਨੂੰ ਭਲਾ ਕਿਹੜਾ ਕੌਣ ਅਲੀ ਮੇਰੇ ਪੀਰ ਫਰਮਾਉਂਦੇ ਨੇ ਉਹ ਕੋਈ ਨਹੀਂ ਸਰਦਾਰ ਸਾਦਾਤ ਬਾਜੋ ਤੇ ਸ਼ਾਹ ਅਲੀ ਦੇ ਬਾਜ ਦਰਬਾਰ ਉਹ ਸੁਣ ਮੇਰਾ ਪੀਰ ਕੀ ਕਹਿੰਦੇ ਨੇ ਉਹ ਪੰਜ ਤਨ ਜੇ ਜੇਡ ਨਹੀਂ ਹੋ ਬੈਤ ਕੋਈ ਤੇ ਸ਼ਾਨ ਫਖਰ ਦੇ ਨੂਰ ਜ਼ਹੂਰ ਜਿਆ ਦਰਦਮੰਦ ਨਹੀਂ ਫਾਤਮਾ ਜੇਡ ਕੋਈ ਉਹ ਪੁੱਤਰ ਨਹੀਂ ਅੱਬਾਸ ਸਫੂਰ ਜਿਆ ਤੇ ਨਬੀ ਪਾਕ ਜਿਆ ਮੁਰਸਲ ਇੱਕ ਨਾਹੀ ਨਹੀਂ ਤਵੱਜੋ ਖਾਸ ਹਜ਼ੂਰ ਜਿਆ ਅਲੀ ਵਾਂਗ ਨਾ ਸਖੀ ਦਲੇਰ ਕੋਈ ਉਹ ਪਹਿਲਵਾਨ ਨਹੀਂ ਮਰਦ ਮਸ਼ਹੂਰ ਜਿਆ ਕੈਦੋ ਜੇਡ ਨਹੀਂ ਹੋਰ ਮੱਕਾਰ ਕੋਈ ਕੈਦੋ ਮੈਂ ਇੱਕ ਦਰਵੇਸ਼ ਨੂੰ ਪੁੱਛਿਆ ਮੈਂ ਕਿਹਾ ਬਾਬਾ ਜੀ ਇਹ ਕੈਦੋ ਤੁਹਾਡੇ ਕੋਲ ਵੀ ਆਉਂਦਾ ਕਹਿੰਦਾ ਰੋਜ਼ ਆਉਂਦਾ ਮੈਂ ਕਿਹਾ ਫੇਰ ਕਹਿੰਦਾ ਪੁੱਤਰ ਮੈਂ ਆਪਣਾ ਕੈਦੋ ਮੁਸਲਮਾਨ ਕਰ ਲਿਆ ਤੇਰੇ ਸਮਝਣ ਦੇ ਸਦਕੇ ਤੇਰੇ ਮੁਰਸ਼ਦ ਦੀ ਖੈਰ ਇਹ ਕੈਦੋ ਆਪਣਾ ਫੜਨਾ ਬੁੱਲੇ ਸ਼ਾਹ ਕਹਿੰਦਾ ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਕਦੀ ਨਫਸ ਆਪਣੇ ਨਾਲ ਉੱਚੀ ਕਹਿਣਾ ਕਦੀ ਨਫਸ ਆਪਣੇ ਨਾਲ ਆ ਤੈਨੂੰ ਦੱਸਾਂ ਮੇਰਾ ਪੀਰ ਕਹਿੰਦਾ ਈ ਘਾਟ ਫਕਰ ਦਾ ਓਏ ਬਾਜ ਹੁਸੈਨ ਨਾਹੀ ਬਾਜ ਸਿਦਕ ਦੇ ਲੰਘਣਾ ਪਾਰ ਨਾਹੀ ਵਾਰਸ ਰਨ ਤਲਵਾਰ ਤੀਰ ਘੋੜਾ ਚਾਰੇ ਥੋ ਕੇ ਕਿਸੇ ਦੇ ਯਾਰ ਨਾਹੀ ਵਾਰਸ ਰਨ ਫਕੀਰ ਤਲਵਾਰ ਘੋੜਾ ਚਾਰੇ ਵਾਰਸ ਰੰਗ ਫਕੀਰ ਤਲਵਾਰ ਘੋੜਾ ਚਾਰੇ ਥੋ ਕੇ ਕਿਸੇ ਦੇ ਯਾਰ ਨਹੀਂ ਇਹ ਸੁਣੀ ਨਾ ਗੱਲ ਆ ਤੈਨੂੰ ਇਸੇ ਹੀਰ ਦੇ ਵਿੱਚ ਬਾਬੇ ਨੇ ਪਤਾ ਕੀ ਕਿਹਾ ਮਰੀਅਮ ਸਾਰਾ ਜ਼ੁਬੈਦਾ ਤੇ ਹਾਜ਼ਰਾ ਵੀ ਓਏ ਨੇਕ ਬਖਤ ਤੇ ਸਾਹਬੇ ਕਮਾਲ ਹੋਈਆਂ ਇੱਕ ਖਾਮਦਾਂ ਤੋਂ ਨਾ ਫਰਮਾਨ ਹੋ ਕੇ ਧੁਰੋਂ ਰੋਂਦੀਆਂ ਮੰਦੜੇ ਹਾਲ ਹੋਈਆਂ ਔਰ ਰਨ ਪਤਾ ਕਿਹੜੀ ਦੀ ਇੱਜ਼ਤ ਹੁੰਦੀ ਹੈ ਬਾਜ਼ਾਰ 'ਚ ਫਖਰ ਨਾਲ ਰਨ ਉਹ ਫਿਰ ਸਕਦੀ ਹੈ ਜਿਹੜੀ ਇੱਕ ਤੇ ਰਵੇ ਓਏ ਹੁਣ ਬੋਲ ਨਾ ਪਾਏ ਹਾ ਗਰੀ ਆਓ ਜੀ ਅਗਲਾ ਬੰਦਾ ਬਿਲਾਲ ਸਾਹਿਬ ਬੱਚਾ ਅਬੂ ਬਕਰ ਆਵੇ ਅਬੂ ਬਕਰ ਆਵੇ ਥੋੜ੍ਹਾ ਜਿਹਾ ਜ਼ਰਾ ਇਨਸ਼ਾਅੱਲਾ ਤੁਹਾਨੂੰ ਅਸੀਂ ਜਦੋਂ ਡੀ ਸੀ ਓ ਸਾਹਿਬ ਨੇ ਆਉਣਾ ਅਸੀਂ ਚਾਰ ਬੰਦੇ ਪੜ੍ਹਾਉਣੇ ਨੇ ਉਹਨਾਂ ਨੂੰ ਇੱਕ ਚਾਰਮ ਦੇਣਾ ਦਿਲਕਸ਼ੀ ਦੇਣੀ ਹੈ ਹੀਰ ਦਾ ਇੱਕ ਮੌਜੂ ਬਣਾ ਕੇ ਉਹ ਇੱਕ 35-40 ਮਿੰਟ ਦਾ ਸੈਸ਼ਨ ਹੋਏਗਾ ਜਿਹਦੇ 'ਚ ਅਸੀਂ ਚਾਰ ਬੰਦੇ ਪੜ੍ਹਾਵਾਂਗੇ ਇਨਸ਼ਾਅੱਲਾ ਬਿਲਾਲ ਸਾਹਿਬ ਵੀ ਉਹਦੇ 'ਚ ਪੜ੍ਹਨਗੇ ਹੋਰ ਵੀ ਤਿੰਨ ਬੰਦਿਆਂ ਦੇ ਅਸੀਂ ਨਾਂ ਲਿਖੇ ਨੇ ਅਬੂ ਬਕਰ ਸਾਹਿਬ ਬਿਸਮਿਲਲਾ ਇੱਧਰ ਆਓ ਚਲੋ ਬੈਠ ਪਿਆਰ
ਕਲਾਮ ਬਚਿਆ। ਵਾਰਸ ਸਾਹਿਬ ਅਗਲਾ ਬੰਦਾ ਜੀ, ਲਓ ਜੀ ਜਿਹਨਾਂ ਤੋਂ ਹਕੀਮ ਸਾਹਿਬ ਠੀਕ ਹੈ ਬੇਟਾ ਸ਼ੇਖਪੁਰਿਓਂ ਤਸ਼ਰੀਫ ਲਿਆਉਂਦੇ ਨੇ ਪੜ੍ਹਨ ਵਾਲੇ, ਕੋਸ਼ਿਸ਼ ਕਰੋ ਅਲਾਪ ਨੂੰ ਇੰਨਾ ਲੰਮਾ ਨਾ ਕਰੋ। ਇੱਥੇ ਉਹ ਲੋਕ ਬੈਠੇ ਨੇ ਜਿਹੜੇ ਤੱਜਦ ਗੁਜ਼ਾਰ ਨੇ ਅਤੇ ਨਾਲੇ ਜਦੋਂ ਬੋਲਦੇ ਨੇ ਤਾਂ ਦਰਦ ਨਿਕਲਦਾ। ਕੋਸ਼ਿਸ਼ ਕਰੋ ਕਿ ਅਲਾਪ ਛੋਟਾ ਲਵੋ ਅਤੇ ਦੋ ਲਾਈਨਾਂ ਸਾਨੂੰ ਪੜ੍ਹ ਕੇ ਸਿਰਫ ਵਿਖਾ ਦਿਓ, ਫਿਰ ਜਿਹੜੇ ਅਸੀਂ ਫਾਈਨਲ ਬੰਦੇ ਕਰਾਂਗੇ ਨਾ ਉਹਦੇ 'ਚ ਤੁਸੀਂ ਆਪਣਾ ਦਰਦ ਜਿੰਨਾ ਮਰਜ਼ੀ ਪੇਸ਼ ਕਰ ਲੈਣਾ ਤਿੰਨਾਂ ਲਾਈਨਾਂ 'ਚ। ਕੀ ਖਿਆਲ ਹੈ? ਬਿਸਮਿਲ੍ਲਾ ਜੀ। ਅਵਲ ਹਮਦ ਖੁਦਾ ਤਾ ਵੇਦ ਕੀ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ
معشوق ہے نبی رسول میاں تے عشق فعل ہے رب دے ذات پائے اس دے سب مفول میاں ایسی عشق ظہور ہے عشق سارا عشق ہو سیا صدا معمول میاں اب الحمد خدا دا ورد کیجئے عشق کی تسو جگ دا مول میاں اے او شوقین لوگ نے جڑے عشق لے کے آئے ساڈی کوشش پتا کی ہے پاویں ایک لین بولن جویں دی مرضی بولن انہاں دا عشق پورا ہو جائے کیوں جی چاچا جی صحیح گل ہے کہ نہیں سرکار دے ویڑے آئے نے اللہ تہانوں تندرستی دے رفیق بٹ صاحب کالو کیا تو تشریف لیاؤندے نے اس تو بعد شمسا ٹڈا کاری فیاض اگر میری آواز سنتا شمسے ٹڈے تو وہ بھی آ جائے پھر اگلے بندے دا اناؤنس کران گے دو لائن پڑھنیاں نے چیک کرانا بس الاپ لمبا نہیں کرنا ایڈیشن دل دا تدنو آخنی ہاں جیڑا سہتیے تد اقرار کیتا دم باج غلام میں سہتیے نی شاہد حال دا رب جبار کیتا جیویں جاننے دل کھیڑیاں تو آوازار کیتا آو
ਕੱਢ ਖੇੜਿਆਂ ਤੋਂ ਰਾਂਝੇ ਨਾਲ ਮਿਲੀ ਹੋ ਜਾਣੀ ਲੱਖ ਹਜ਼ਾਰ ਉਪਕਾਰ ਕੀਤਾ ਖੇੜੇ ਨਾਲ ਨਾ ਪਰਚਦਾ ਜਿਉਂ ਮੇਰਾ ਖੇੜੇ ਨਾਲ ਨਾ ਪਰਚਦਾ ਜਿਉਂ ਮੇਰਾ ਜੋੜੇ ਤੋੜਨ ਨੂੰ ਯਤਨ ਹਜ਼ਾਰ ਕੀਤਾ ਰਾਂਝੇ ਨਾਲ ਹੁਣ ਮੇਲ ਮਿਲਾਮਣ ਦਾ ਹੋ ਵਾਰਸ ਸ਼ਾਹ ਨੇ ਅੱਜ ਇਤਬਾਰ ਕੀਤਾ ਮੇਲ ਮਿਲਾਮਣ ਦਾ ਉਹ ਵਾਰਸ ਸ਼ਾਹ ਨੇ ਅੱਜ ਇਤਬਾਰ ਕੀਤਾ ਇਹ ਬੜਾ ਕਿਹਨੇ ਕਿਹਾ ਸੀ ਇਹ ਕਿਹਾ ਸੀ ਹੀਰ ਨੇ ਤੇ ਅੱਗੋਂ ਸਜਦੀ ਪਤਾ ਕੀ ਕਹਿੰਦੀ ਹੈ ਕਹਿੰਦੀ ਹੈ ਹੀਰੇ ਖਾਤਰ ਜਮ੍ਹਾਂ ਕਰ ਹੀਰ ਨੂੰ ਕਵੇ ਸਜਦੀ ਨਿਰਦੇ ਨੂੰ ਰਾਂਝੇ ਦੇ ਨਾਲ ਮਿਲਾਵਸਾਂ ਮੈਂ ਆਸਮਾਨ ਤੇ ਜ਼ਮੀਨ ਦਾ ਮੇਲ ਕਰਸਾਂ ਆਸਮਾਨ ਤੇ ਜ਼ਮੀਨ ਦਾ ਮੇਲ ਕਰਸਾਂ ਤੇਰੀ ਰੇਤ ਦੇ ਵਿੱਚ ਤਰਾਵਸਾਂ ਮੈਂ ਉਮਰ ਤੇ ਉਮਰ ਸਿਰ ਹੋਗ ਨਾ ਕਦੀ ਸੁਣਿਆ ਜਿਹੜਾ ਅਫਤਰਾ ਅੱਜ ਬਨਾਵਸਾਂ ਮੈਂ ਕੋਈ ਨਵੇਂ ਸਿਰ ਮਗਰ ਫੈਲਾ ਕੇ ਤੇ ਮਾਂ ਬਾਪ ਦੀ ਸ਼ਰਮ ਲਹਾਵਸਾਂ ਮੈਂ ਉਹ ਟਕਰਾਵਸਾਂ ਪਰਬਤਾਂ ਭਾਰਿਆਂ ਨੂੰ ਬਾਜ ਬਦਲਾ ਮੀਰ ਸਾਹਿਬ ਸਾਹਿਬ ਮੈਂ ਵਾਰਸ਼ਾ ਅਚੰਬੜਾ ਨਵਾਂ ਹੋਇਆ ਪਹਿਲਾ ਜੱਗ ਜਹਾਨ ਸੁਨਰ ਸਾਹਿਬ ਮੈਂ ਨਾਰਾ ਹੈ ਵਰੀ ਉੱਚੀ ਬੋਲ ਕੇ ਕਹਿ ਲਈ ਸਭ ਦਾ ਪੀਰ ਨਾਰਾ ਹੈ ਵਰੀ ਅਲੀ ਮੇਰੇ ਪੀਰ ਵਾਰਸ ਸ਼ਾਹ ਦਾ ਵੀ ਪੀਰ ਹੈ ਉੱਚੀ ਬੋਲ ਕੇ ਕਹਿ ਨਾਰਾ ਹੈ ਵਰੀ ਜਨਾਬੇ ਇੱਜ਼ਤ ਏ ਮਾਤ ਮੀਆਂ ਮੁਹੰਮਦ ਨਜ਼ੀਰ ਸਾਹਿਬ ਚੇਅਰਮੈਨ ਵਾਰਸ ਸ਼ਾਹ ਉਸ ਮੈਨੇਜਮੈਂਟ ਕਮੇਟੀ ਸੱਜਣਾ ਪਹਿਲੀ ਗੱਲ ਮਿੱਤਰੋ ਜਿੱਥੋਂ ਜਿੱਥੋਂ ਵੀ ਤਸ਼ਰੀਫ ਲਿਆਇਓ ਮੈਂ ਬਾਰ ਬਾਰ ਦਫ਼ਾ ਤੁਹਾਨੂੰ ਕਹਿ ਚੁੱਕਿਆ ਇਹਨਾਂ ਹਸਤੀਆਂ ਦੇ ਬਾਰੇ ਦੋ ਢਾਈ ਮਹੀਨੇ ਹੋ ਗਏ ਨੇ ਤਗੋ ਦੋ ਕਰ ਰਹੇ ਨੇ ਦਿਨ ਰਾਤ ਫਕੀਰ ਦੀ ਮੁਹੱਬਤ ਦੇ ਵਿੱਚ ਮੀਆਂ ਸਾਹਿਬ ਜਿੰਨੀ ਵੀ ਆਰਟ ਕੌਂਸਲ ਦੀ ਜਿੰਨੀ ਕਬੀਨਾ ਉਰਸ ਕਮੇਟੀ ਵਾਰਸ ਸ਼ਾਹ ਜਿੰਨੀ ਕਬੀਨਾ ਸਾਰੇ ਮਹਿਕਮੇ ਤੁਹਾਨੂੰ ਦੱਸ ਚੁੱਕਿਆ ਇਹ ਸਾਡੀ ਬਜ਼ਮ ਚ ਪੀਰ ਵਾਰਸ ਸ਼ਾਹ ਦੇ ਵਿਹੜੇ ਦੇ ਵਿੱਚ ਇਹ ਵਿਹੜਾ ਤੁਹਾਡਾ ਵੀ ਹੈ ਇਹਨਾਂ ਦਾ ਵੀ ਹੈ ਮੀਆਂ ਨਜ਼ੀਰ ਸਾਹਿਬ ਦੇ ਨਾਂ ਦੀਆਂ ਤਾੜੀਆਂ ਜਨਾਬਾਂ ਨੂੰ ਇਨਸ਼ਾਅੱਲਾ ਹੁਣੇ ਸਾਡੇ ਡੀ ਸੀ ਸਾਹਿਬ ਵੀ ਤਸ਼ਰੀਫ ਲਿਆਉਣਗੇ ਆਲਾ ਅਹੁਦੇਦਾਰਾਂ ਵੀ ਤਸ਼ਰੀਫ ਲਿਆਉਣਗੇ
ਤੋ ਹੁਣ ਤੁਹਾਡੇ ਸਾਹਮਣੇ ਨਾਰੋਵਾਲ ਤੋਂ ਇੱਕ ਬੱਚਾ ਆਇਆ, ਉਹ ਕਹਿੰਦਾ ਮੈਂ ਵੀ ਪੀਰ ਦੀਆਂ ਲੱਤਾਂ ਟੁੱਟੀਆਂ ਨੇ, ਮੇਰਾ ਵੀ ਦਰਦ ਸੁਣੋ, ਮੈਨੂੰ ਵੀ ਉਹਨੇ ਦਰਦ ਦਿੱਤਾ। ਅਤੇ ਮੈਂ ਗੁਲਾਮ ਦਾਸ ਨਾਰੋਵਾਲ ਤੋਂ ਤਸ਼ਰੀਫ ਲਿਆਉਂਦੇ ਨੇ ਅਤੇ ਆਪਣੇ ਸਿਗਤ ਵਾਰਸ ਪੀਰ ਦੀ ਗੱਲ ਦੋ ਤਿੰਨਾਂ ਲਾਈਨਾਂ 'ਚ ਸਾਨੂੰ ਆਪਣਾ ਦਰਦ ਸੁਣਾ ਬੱਚਿਆ, ਨਾਰੋਵਾਲ ਤੋਂ ਕਿੰਨੀ ਦੂਰੋਂ ਹੈ। ਫਕੀਰ ਦੇਸ ਕਿਆ ਪੂੰਜਾ ਵਾਂਗ ਮਮੁਲਿਆਂ ਦੇਸ ਛੱਡੇ ਹੋ ਅਸਾਂ ਜ਼ਾਤ ਸਿਫਾਤ ਤੇ ਪੇਸ ਕਿਆ ਵਤਨ ਦਮਾਦ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬਿਲੜਾ ਖੇਸ਼ ਕਿਆ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਓ ਦੁਨੀਆਦਾਰ ਹੈ ਉਧਰ ਵੇਸ਼ ਕਿਆ ਦੁਨੀਆ ਨਾਲ ਪੈਵੰਦ ਹੈ ਅਸਾਂ ਕਿਆ ਪੱਥਰ
ਜੋੜਨਾ ਨਾਲ ਸੁਰੇਸ਼ ਕਿਆ ਸਭਾ ਖਾਕ ਦਰਖਾਕ ਫਨਾ ਹੋਣਾ ਹੋ ਵਾਰਸ ਸ਼ਾਹ ਫਿਰ ਤਿਨਾਂ ਨੂੰ ਐਸ਼ ਕਿਆ ਵਾਰਸ ਸ਼ਾਹ ਫਿਰ ਤਿਨਾਂ ਨੂੰ ਐਸ਼ ਕਿਆ। ਮੇਰੇ ਦੋਸਤੋ ਜਦੋਂ ਜੋਗੀ ਨੇ ਕਿਹਾ ਨਾ ਅਸੀਂ ਰੁੱਠੜੇ ਯਾਰ ਮਨਾ ਦਈਏ ਦੁੱਖ ਦਰਦ ਲਿਦਰਾਂ ਤੋੜੀਏ ਨੀ ਸਿਰ ਤੇ ਆਈ ਬਲਾ ਨੂੰ ਟਾਲ ਦਈਏ ਹੁਕਮ ਰੱਬ ਦੇ ਨਾਲ ਜਾ ਮੋੜੀਏ ਨੀ। ਪਤਾ ਗੱਲ ਕੀ ਹੈ ਇਹ ਜਿਹੜੇ ਜੋਗੀ ਫਕੀਰ ਹੁੰਦੇ ਨੇ ਇਸ ਖੂਹੇ ਖੂਹੇ ਜਾ ਕੇ ਖੈਰ ਮੰਗਦੇ ਨੇ ਕੀ ਕਰਦੇ ਨੇ ਖੈਰ ਕਿਹੜੀ ਖੈਰ ਵੇਖੋ ਨਾ ਸਾਨੂੰ ਦੇ ਰਿਹਾ ਤੇ ਜਾਣਾ ਪੈਂਦਾ ਕਿੱਡਾ ਸਬਰ ਕਰਕੇ ਆਏ ਹਾਂ ਅਸੀਂ ਮੇਲਾ ਵੇਖਣ ਤੇ ਜੇ ਕੋਈ ਫਕੀਰ ਤੁਹਾਡਾ ਬੂਹਾ ਖੜਕਾ ਕੇ ਕਵੇ ਕਿ ਤੇਰੀ ਖੈਰ ਹੋ ਉਹ ਬੋਲੋ ਤੇ ਸਹੀ ਬਾਦਸ਼ਾਹ ਸਰਕਾਰ ਨੂੰ ਮੰਗਦੇ ਰਾਂਝਾ ਜੋਗ ਲੈ ਕੇ ਬੂਹੇ ਬੂਹੇ ਖੈਰ ਮੰਗਣ ਤੁਰ ਪਿਆ ਪਤਾ ਕੀ ਕਹਿੰਦਾ ਆਏ ਹਾਏ ਹਾਏ ਆਓ ਕਿਸੇ ਫਕੀਰ ਦੇ ਹੋਣਾ ਚਾਹੀਦਾ ਨਾਰਾ ਹੈ ਹਰੀ ਤੇਰੇ ਸਦਕੇ ਆਓ ਕਿਸੇ ਫਕੀਰ ਦੇ ਹੋਣਾ ਚਾਹੀਦਾ। ਸਰ ਵੀਰ ਭੁੱਲ ਕੱਢ ਕੇ ਆਈ ਕਿਉਂਕਿ ਅੱਜ ਟਾਪਿਕ ਤੁਸੀਂ ਸਾਨੂੰ ਦਿੱਤਾ ਅਸੀਂ ਅੱਜ ਕੁਰਾਨ ਹਦੀਸ ਦੇ ਮੁਤਾਬਕ ਪੜ੍ਹਨੀ ਹੈ। ਹੀਰ ਹੀਰ ਭੁੱਲ ਕੱਢ ਕੇ ਆ ਕੇ ਕਹਿੰਦੀ ਹੈ ਹੀਰ ਆਖਿਆ ਜੋਗੀਆ ਝੂਠ ਬੋਲੇ ਫਿਰ ਕੌਣ ਉੱਠੜੇ ਯਾਰ ਬਣਾ ਪਾਈ ਐਸਾ ਕੋਈ ਨਹੀਂ ਮਿਲਿਆ ਮੈਂ ਥੱਕੀ ਜਿਹੜਾ ਦਿਆਂ ਨੂੰ ਮੁੱਲ ਆਉਂਦਾਈ ਜੇ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜੀਵ ਦਾ ਰੋਗ ਬਣਾਉਂਦਾਈ ਭਲਾ ਦੱਸ ਖਾਂ ਚਿਰੀ ਮਛੁੰਦਿਆਂ ਨੂੰ ਕਦੋਂ ਰੱਬ ਸੱਚਾ ਕਹੀ ਲਿਆਉਂਦਾਈ ਮੇਰਾ ਜੀਵ ਜਾਮਾ ਜਿਹੜਾ ਆਉਣ ਵੇਲੇ ਉਹ ਸਿਰ ਸਦਕਾ ਉਸ ਦੇ ਨਾਲ ਆਈ ਬਾਬਾ ਰਾਂਝਾ ਜੀ ਇੰਨੀ ਪੀੜ ਕਿਸੇ ਰਾਂਝੇ ਨੂੰ ਨਹੀਂ ਹੋ ਸਕਦੀ ਹੈ